ਇੱਕ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਹਰ ਵਰਗ ਲਈ ਸੱਚੀ ਹਮਦਰਦੀ ਰੱਖਣ ਵਾਲੇ ਅਤੇ ਹਰ ਵੇਲੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਵਾਲੇ ਇਨਸਾਨ ਸਨ ਸੰਤ ਨਿਰੰਜਣ ਸਿੰਘ ਜੀ। ਆਪ ਜੀ ਹਮੇਸ਼ਾ ਹੀ ਸੱਚ ਦੇ ਰਸਤੇ ਤੇ ਚੱਲੇ ਅਤੇ ਸਭਨਾਂ ਨੂੰ ਸੱਚ ਦੇ ਰਸਤੇ ਤੇ ਚੱਲਣ ਦਾ ਸੰਦੇਸ਼ ਦਿੱਤਾ। ਆਪ ਜੀ ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਅਤੇ ਹਰ ਇੱਕ ਦੇ ਦੁੱਖ ਨੂੰ ਆਪਣਾ ਦੁੱਖ ਮੰਨਦੇ ਸਨ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਸਨ ਅਤੇ ਆਪ ਜੀ ਦੇ ਚੰਗੇ ਸੰਸਕਾਰ ਆਪ ਜੀ ਦੀ ਸਮੁੱਚੀ ਸੰਗਤ ਵਿੱਚ ਵੇਖੇ ਜਾ ਸਕਦੇ ਹਨ। ਆਪ ਜੀ ਦੀ ਸੰਗਤ ਅੱਜ ਆਪ ਜੀ ਦੇ ਨਕਸ਼ੇ ਕਦਮਾਂ ਤੇ ਚੱਲਣ ਲਈ ਵਚਨਬੱਧ ਹੈ। ਸੰਤ ਨਿਰੰਜਣ ਸਿੰਘ ਜੀ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੀ ਸਮੂਹ ਸੰਗਤ ਵੱਲੋਂ ਗੁਰਦੁਆਰਾ ਗੋਬਿੰਦਸਰ ਸਾਹਿਬ ਰਾਣਵਾ ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰੱਗ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਛੇਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਦੀ ਚਰਨ ਛੋਹ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਰਾਣਵਾ ਤਹਿਸੀਲ ਮਾਣੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਸੰਤ ਬਾਬਾ ਨਿਰੰਜਣ ਸਿੰਘ ਜੀ ਦੀ ਵਰਸੀ ਦੇ ਅੰਤਮ ਅਰਦਾਸ ਦਾ ਭੋਗ ਪਾਇਆ ਜੀ। ਬਾਬਾ ਨਿਰੰਜਣ ਬਾਬਾ ਮਸਤਾਨਾ ਜੀ ਕਿਹਾ ਜਾਂਦਾ ਸੀਗਾ। ਇਹ ਪਿਛਲੇ 20 ਸਾਲ ਤੋਂ ਇਸ ਗੁਰੂ ਘਰ ਸੇਵਾ ਕਰਦੇ ਸੀਗੇ। ਇਹਨਾਂ ਨੇ ਬਹੁਤ ਸੰਗਤ ਨੂੰ ਗੁਰੂ ਘਰ ਦੇ ਨਾਲ ਜੋੜਿਆ ਅਤੇ ਨਾਮ ਜਪਾਇਆ। ਸਾਰੀ ਸੰਗਤ ਨੂੰ ਬੜੇ ਮਸਤ ਰਹਿੰਦੇ ਸੀਗੇ, ਇਸ ਕਰਕੇ ਇਹਨਾਂ ਬਾਬਾ ਦੇ ਨਾਲ ਮਸਤਾਨਾ ਜੀ ਲੱਗ ਗਏ ਸੀ ਅਤੇ ਬਹੁਤ ਸੰਗਤ ਗੁਰੂ ਘਰ ਆ ਕੇ ਇਹਨਾਂ ਦੇ ਨਾਲ ਵਿਚਾਰ ਪੈਦਾ ਕਰਦੇ ਸੀਗੇ ਅਤੇ ਸੰਗਤ ਨੂੰ ਗੁਰੂ ਘਰ ਦੇ ਨਾਲ ਹੀ ਜੋੜਦੇ ਹੁੰਦੇ ਸੀ। ਬਾਬਾ ਨਿਰੰਜਣ ਸਿੰਘ ਮਸਤਾਨਾ ਜੀ ਇਸ ਤੋਂ ਪਹਿਲਾਂ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜੇ 25 ਸਾਲ ਸੇਵਾ ਕਰਦੇ ਰਹੇ ਹੈ। ਬਾਬਾ ਜੀ ਦਾ ਆਪਣਾ ਜੱਦੀ ਪਿੰਡ ਸਨੌਰ ਸੀ ਪਟਿਆਲੇ ਦੇ ਕੋਲ। ਇਹ 9 ਭੈਣ ਭਰਾ ਸੀਗੇ, ਬਾਬਾ ਜੀ ਸਭ ਤੋਂ ਵੱਡੇ ਸੀਗੇ। ਇਹ 40 ਸਾਲ ਦੀ ਉਮਰ ਦੇ ਵਿੱਚ ਆਪਣਾ ਘਰ ਛੱਡ ਕੇ ਮਾਛੀਵਾੜੇ ਗੁਰੂ ਘਰ ਆ ਗਏ ਸੀਗੇ। ਉੱਥੇ ਬਾਬਾ ਜੀ 25 ਸਾਲ ਸੇਵਾ ਕੀਤੀ। ਉਸ ਤੋਂ ਬਾਅਦ ਇਹ ਸਾਡੇ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਰਾਣਾ ਪਿਛਲੇ 20 ਸਾਲਾਂ ਤੋਂ ਸੇਵਾ ਕਰਦੇ ਸੀ। ਅੱਜ ਅੰਤਮ ਅਰਦਾਸ ਦਾ ਜਿਹੜਾ ਸਮਾਗਮ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਦੇ ਵਿੱਚ ਪਿੰਡ ਦੀ ਪੰਚਾਇਤ ਇਲਾਕਾ ਨਿਵਾਸੀ ਗੁਰੂ ਨਾਨਕ ਦੇਵ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਦੇ ਅੰਤਮ ਅਰਦਾਸ ਇਹ ਮਨਾਈ ਜਾ ਰਹੀ ਹੈ। ਇਸ ਸਮਾਗਮ ਦੇ ਵਿੱਚ ਅੱਜ ਜਿੰਨੇ ਵੀ ਸੰਗਤ ਇਲਾਕੇ ਸੰਗਤ ਨਗਰ ਨਿਵਾਸੀ ਰਾਣਵਾ ਮੈਨੂੰ ਸਾਰੇ ਸੰਗਤ ਇਲਾਕੇ ਦੇ ਕੋਟ ਕੋਟ ਧੰਨਵਾਦ ਕੀਤਾ ਜਾਂਦਾ ਜਿਹਨਾਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਹੈ ਅਤੇ ਇਸ ਪੂਰਾ ਸਹਿਯੋਗ ਦਿੱਤਾ। ਵਾਹਿਗੁਰੂ ਖਾਲਸਾ।
ਸਾਰੀ ਕਾਲੀ ਸੰਗਤ ਦਾ ਕੋਟਾ